ਅੰਮ੍ਰਿਤਸਰ ਦੀ ਰਹਿਣ ਵਾਲੀ 22 ਸਾਲਾ ਲੜਕੀ ਨੂੰ ਅੰਮ੍ਰਿਤਸਰ ਸਾਹਿਬ ਤੋਂ ਨੌਕਰੀ ਦਾ ਝਾਂਸਾ ਦੇ ਕੇ ਪਟਿਆਲਾ ਲਿਆਉਣ ਵਾਲੇ ਉਸਦੇ ਹੀ ਰਿਸ਼ਤੇਦਾਰ ਵੱਲੋਂ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਠੇਕੇ ਤੇ ਰੱਖਿਆ ਦਰਜਾ 4 ਕਰਮਚਾਰੀ ਹੈ, ਜਿਸ ਨੇ ਆਪਣੇ ਸਰਕਾਰੀ ਕੁਆਟਰ ਵਿੱਚ ਹੀ ਪੀੜਤਾ ਨੂੰ ਰੱਖਿਆ ਤੇ ਉਸ ਨਾਲ ਬਲਾਤਕਾਰ ਕੀਤਾ ਤੇ ਹੁਣ ਥਾਣਾ ਤ੍ਰਿਪੜੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਇਸ ਮੌਕੇ ਪੀੜਤ ਲੜਕੀ ਦੇ ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਤੇ ਉਸਦੀ ਲੜਕੀ ਕੰਮ ਦੀ ਤਲਾਸ਼ ਵਿੱਚ ਸੀ ਤੇ ਫਿਰ ਉਸਦੀ ਗੱਲ ਦੋਸ਼ੀ ਮੁਲਾਜ਼ਮ ਨਾਲ ਹੋਈ ਜੋ ਕਿ ਰਿਸ਼ਤੇਦਾਰੀ ਵਿੱਚੋਂ ਹੀ ਹੈ ਤੇ ਪਟਿਆਲਾ ਵਿਖੇ ਤੈਨਾਤ ਹੈ। ਇਸ ਮੁਲਾਜ਼ਮ ਵੱਲੋਂ ਪੀੜਤ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਪਟਿਆਲਾ ਬੁਲਾ ਲਿਆ ਗਿਆ ਤੇ ਆਪਣੇ ਕੁਆਟਰ ਵਿੱਚ ਰੱਖਿਆ ਤੇ ਕੁਆਟਰ ਵਿੱਚ ਕੰਮ ਕਰਾਉਂਦਾ ਰਿਹਾ ਤੇ ਨਾਲ ਹੀ ਲੜਕੀ ਨਾਲ ਨਜਾਇਜ਼ ਸੰਬੰਧ ਬਣਾਉਂਦਾ ਰਿਹਾ। ਹਾਂਜੀ, ਉਹ ਲੜਕੇ ਨੇ ਕਿਸ ਮਤਲਬ ਲਈ ਬੁਲਾਈ? ਨੌਕਰੀ ਦਾ ਝਾਂਸਾ ਦਿੱਤਾ? ਨੌਕਰੀ ਦੇ ਝਾਂਸੇ 'ਚ ਬੁਲਾਈ ਗਈ ਹੈ ਨਾ? ਨੌਕਰੀ 'ਚ ਨੌਕਰੀ ਦੇ ਝਾਂਸੇ 'ਚ ਬੁਲਾਈ ਗਈ ਆ ਹੈ ਤੇ ਇਹਨੂੰ ਆਂਦਾ ਵੀ ਤੇਰੇ ਦੂਜੀ ਲੜਕੀ ਜਿਹੜੀ ਉਹ ਨੌਕਰੀ ਤੇ ਲੱਗ ਗਈ ਆ ਤੇ ਤੇਰੇ ਵੀ ਕਾਗਜ਼ ਨਿਕਲ ਆਉਣੇ ਹੁਣ ਤੇ ਤੂੰ ਦਵਾ ਦਵਾ ਜਾ। ਮਤਲਬ ਨੌਕਰੀ ਦਾ ਝਾਂਸਾ ਦੇ ਕੇ ਮਤਲਬ ਗਲਤ ਕੰਮ ਜਿਹੜਾ ਉਹ ਬੰਦਾ ਕਰਦਾ ਰਿਹਾ ਨਾ? ਹਾਂਜੀ ਹਾਂਜੀ, ਉਹ ਗਲਤ ਕੰਮ ਕਰਦਾ ਰਿਹਾ। ਹੁਣ ਉਹਦੇ ਤੋਂ ਪਤਾ ਨਹੀਂ ਇਹ ਉਹਨੇ ਅੰਦਰ ਦੇ ਕੇ ਆਪ ਬਾਹਰ ਨਿਕਲ ਗਿਆ, ਉਹਨੇ ਪਤਾ ਨਹੀਂ ਖਿੜਕੀ ਤੋੜੀ ਕਿ ਦਰਵਾਜ਼ਾ ਤੋੜਿਆ ਤੇ ਕਿਤਰਾ ਬਾਹਰ ਨਿਕਲ ਕੇ ਮੁੜ ਕੇ ਪੁਲਿਸ ਦੇ ਕੋਲ ਆਈ ਆ। ਸਰਕਾਰੀ ਕੋਠੀ 'ਚ ਲੈ ਕੇ ਗਿਆ ਸੀ ਤੁਹਾਡੀ ਬੇਟੀ ਨੂੰ? ਕਿੱਥੇ ਲੈ ਕੇ ਗਿਆ ਸੀ? ਸਰਕਾਰੀ ਕੁਆਟਰਾਂ 'ਚ। ਸਰਕਾਰੀ ਕੁਆਟਰਾਂ 'ਚ? ਹਾਂਜੀ। ਅਤੇ ਤੁਹਾਡੀ ਬੇਟੀ 'ਤੇ ਕੋਈ ਦਬਾਅ ਪਾਇਆ ਜਾ ਰਿਹਾ ਪੁਲਿਸ ਵੱਲੋਂ? ਪੁਲਿਸ ਦਾ ਤਾਂ ਮੈਨੂੰ ਪਤਾ ਨਹੀਂ ਜੀ, ਉਹਦੇ ਵੱਲੋਂ ਇੰਨਾ ਕੁ ਦਬਾਅ ਹੈਗਾ ਸੀ। ਉਸ ਲੜਕੀ ਸਾਡੇ ਕੋਲ ਗੱਲ ਨਹੀਂ ਕਰ ਸਕਦੀ ਵੀ ਮੈਂ ਇਹਨਾਂ ਨੂੰ ਦੱਸ ਦੇਵਾਂ ਮੈਂ ਕੀ ਮਜਬੂਰੀ ਆ ਜਾਂ ਕੀ ਨਹੀਂ। ਕਾਰਵਾਈ ਕੀ, ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਉਹਦੇ ਖਿਲਾਫ਼ ਜੀ? ਕਾਰਵਾਈ ਹੁਣ ਇਹ ਤਾਂ ਇਹਨਾਂ ਨੂੰ ਚਾਹੀਦਾ ਨਾ ਵੀ ਸਾਨੂੰ ਕੋਈ ਨਾ ਕੋਈ ਇਨਸਾਫ਼ ਮਿਲਣਾ ਚਾਹੀਦਾ। ਉੱਥੇ ਦੂਜੇ ਪਾਸੇ ਪੀੜਤ ਲੜਕੀ ਨੇ ਦੱਸਿਆ ਕਿ ਉਹ ਕੰਮ ਦੀ ਤਲਾਸ਼ ਵਿੱਚ ਸੀ ਤੇ ਉਸਦੀ ਉਕਤ ਮੁਲਾਜ਼ਮ ਨਾਲ ਗੱਲ ਹੋਈ ਜੋ ਕਿ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ ਤੇ ਉਕਤ ਮੁਲਾਜ਼ਮ ਨੇ ਉਸਨੂੰ ਪਟਿਆਲਾ ਵਿਖੇ ਨੌਕਰੀ ਲਗਵਾਉਣ ਲਈ ਆਖਿਆ, ਜਿਸ ਦੇ ਚੱਲਦਿਆਂ ਉਹ ਪਟਿਆਲਾ ਆ ਗਈ ਜਿੱਥੇ ਉਕਤ ਮੁਲਾਜ਼ਮ ਉਸਨੂੰ ਨੌਕਰੀ ਲਗਵਾਉਣ ਦੇ ਰੋਜ਼ ਲਾਰੇ ਲਗਾਉਂਦਾ ਰਿਹਾ ਤੇ ਨਾਲ ਹੀ ਬਲਾਤਕਾਰ ਕਰਦਾ ਰਿਹਾ। ਮਾਮਲਾ ਸਰ ਰੇਪ ਕੇਸ ਦਾ ਹੀ ਹੈ, ਤੁਹਾਨੂੰ ਵੀ ਪਤਾ ਸ਼ਾਇਦ ਤੁਸੀਂ ਸਭ ਕੁਝ ਸੁਣ ਕੇ ਫੇਰ ਹੀ ਆਏ ਹੋ। ਹਾਂਜੀ, ਉਹ ਗੁਰਮੀਤ ਸਿੰਘ 4 ਕਲਾਸ ਨੇ ਮੁਲਾਜ਼ਮ ਨੇ ਮੈਨੂੰ ਮਤਲਬ ਉਹ ਕਾਫੀ ਦੇਰ ਤੋਂ ਨੌਕਰੀ ਦਾ ਝਾਂਸਾ ਦੇ ਕੇ ਉਹਨਾਂ ਗੁੰਮਰਾਹ ਕੀਤਾ ਸੀ ਤੇ ਔਰ ਮੇਰੀਆਂ ਵੀਡੀਓਜ਼ ਉਹਨਾਂ ਕੋਲ ਨੇ। ਸੰਪਰਕ 'ਚ ਰਿਸ਼ਤੇਦਾਰ ਨੇ, ਮੇਰੇ ਮਾਮਾ ਜੀ ਨੇ ਵੱਡੇ, ਉਹਨਾਂ ਦੇ ਸਾਲੇ ਨੇ। ਮੈਂ ਅੰਮ੍ਰਿਤਸਰ, ਹਾਂਜੀ ਪਟਿਆਲੇ ਦੇ ਰਹਿ, ਇੱਥੇ ਹੁਣ ਮੈਨੂੰ ਨੌਕਰੀ ਦਾ ਝਾਂਸਾ ਦੇ ਕੇ ਹੀ ਬੁਲਾਇਆ ਗਿਆ ਸੀ ਕਿ ਨਹੀਂ ਹੁਣ ਤੁਹਾਡੀ ਨੌਕਰੀ ਮਿਲ ਜਾਣੀ ਆ। ਇੱਕ ਮੇਰਾ ਸਮਾਨ ਵਗੈਰਾ ਇੱਥੇ ਵਿਆਹ ਸੀ ਤੇ ਉਹ ਕਹਿੰਦੇ ਸੀ ਤੁਸੀਂ ਆ ਕੇ ਤੇ ਲੈ ਜਾਓ, ਮੈਂ ਤੁਹਾਨੂੰ ਇੱਥੇ ਰੋਕਾਂਗਾ ਨਹੀਂ। ਉਹ ਤੋਂ ਬਾਅਦ ਉਹਨੇ 4 ਦਿਨ ਮੈਨੂੰ ਕੈਦ ਰੱਖਿਆ ਇੱਥੇ। ਹਾਂਜੀ ਹੋ ਗਿਆ ਹੈ, ਹੁਣ ਉਹ ਮਤਲਬ ਪੁਲਿਸ ਕਸਟਡੀ 'ਚ। ਤੁਹਾਡੇ ਪਿਤਾ ਦਾ ਕਹਿਣਾ ਹੈਗਾ ਵੀ ਤੁਹਾਡੇ ਤੋਂ ਉਹ ਸਰਕਾਰੀ ਕੋਠੀਆਂ ਦੇ ਵਿੱਚ ਕੰਮ ਕਰਾ ਕੇ ਆਪ ਪੈਸੇ ਲੈਂਦਾ ਰਿਹਾ ਹੈਗਾ। ਹਾਂਜੀ, ਕਿਹੜੀਆਂ ਕੋਠੀਆਂ 'ਚ ਕੰਮ, ਕਿਹੜੇ ਅਫਸਰਾਂ ਨੇ ਕੰਮ ਕੀਤਾ ਤੁਸੀਂ? ਪੀੜਤ ਲੜਕੀ ਨੇ ਇਸਦੀ ਸ਼ਿਕਾਇਤ ਥਾਣਾ ਤ੍ਰਿਪੜੀ ਵਿਖੇ ਦਰਜ ਕਰਵਾਈ। ਉੱਥੇ ਹੀ ਥਾਣਾ ਤ੍ਰਿਪੜੀ ਦੇ ਇੰਚਾਰਜ ਨੇ ਆਖਿਆ ਕਿ ਲੜਕੀ ਦਾ ਮੈਡੀਕਲ ਕਰਵਾ ਲਿਆ ਗਿਆ ਤੇ ਲੜਕੀ ਦੇ ਬਿਆਨ ਦਰਜ ਕਰਕੇ ਉਕਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ। ਇਹਦੀ ਸਾਡੇ ਕੋਲ ਕੰਪਲੇਂਟ ਆਈ ਸੀ 21 ਤਰੀਕ ਨੂੰ ਵੀ ਇਸਦਾ ਜਿਹੜਾ ਰਿਸ਼ਤੇਦਾਰੀ ਦੇ ਵਿੱਚ ਇਸਦਾ ਮਾਮਾ ਲੱਗਦਾ ਸੀ ਦੂਰੋਂ, ਉਸ ਨਾਲ ਇਹਦੇ ਪਿਛਲੇ ਕਾਫ਼ੀ ਸਮੇਂ ਤੋਂ ਇਹਦੇ ਸੰਬੰਧ ਬਣ ਗਏ ਸੀ ਅਤੇ ਇਸਦੇ ਦੱਸਣ ਮੁਤਾਬਕ ਇਸ ਨੂੰ ਉਸ ਤੋਂ ਮਗਰੋਂ ਨੌਕਰੀ ਦਾ ਝਾਂਸਾ ਦੇ ਕੇ ਇਸ ਨਾਲ ਜ਼ਬਰਦਸਤੀ ਕਰਦਾ ਸੀ। ਉਸ 'ਤੇ ਅਸੀਂ ਐੱਫ ਆਈ ਆਰ ਨੰਬਰ 76 ਲੌਜ ਕੀਤੀ ਅੰਡਰ ਸੈਕਸ਼ਨ 376-300। ਤੇ ਸੁਣਨ ਵਿੱਚ ਆਇਆ ਜੀ ਜਿਹੜਾ ਦੋਸ਼ੀ ਹੈ ਮੁਲਾਜ਼ਮ ਵੀ ਹੈਗਾ, ਕਿਹੜੇ ਮਹਿਕਮੇ ਵਿੱਚ ਆਇਆ ਜੀ? ਇਹ ਜੀ ਡੀ ਸੀ ਨੀਟ ਦੇ ਕੱਚਾ ਜਿਵੇਂ ਮੁਲਾਜ਼ਮ ਭਰਤੀ ਹੁੰਦੇ ਨੇ 4th ਕਲਾਸ 'ਚ ਕੰਮ ਕਰਦਾ ਜੀ। ਪੰਜਾਬ ਪੁਲਿਸ ਦੇ ਵਿੱਚ ਜੀ? ਇਹ ਡੀ ਸੀ ਨੀਟ 'ਤੇ ਭਰਤੀ ਕੀਤਾ ਹੋਇਆ ਜੀ, ਡਾਇਰੈਕਟਲੀ ਤਾਂ ਨਹੀਂ ਪੰਜਾਬ ਪੁਲਿਸ ਦਾ ਕਹਿ ਸਕਦੇ ਨੂੰ ਅਤੇ ਇੱਧਰ 4th ਕਲਾਸ 'ਚ ਕੰਮ ਕਰਦਾ ਰਿਹਾ ਐਜ਼ ਏ ਸਪਾਈ ਸੇਵਰ। ਹਾਂਜੀ, ਕਿੱਦਾਂ ਦੀ ਕਾਰਵਾਈ ਹੋਊਗੀ ਇਹਦੇ ਖਿਲਾਫ਼ ਜੀ? 376 ਦਾ ਮੁਕੱਦਮਾ ਦਰਜ ਕੀਤਾ ਜੀ ਅਸੀਂ, ਕੋਈ ਅਰੈਸਟ ਹੋਈ? ਹਾਂਜੀ, ਅਰੈਸਟ ਕਰਕੇ ਇਹਨੂੰ ਅਸੀਂ ਜੱਜ ਸਾਹਿਬ 'ਤੇ ਪੇਸ਼ ਕਰ ਰਹੇ ਹਾਂ।